Sto arrivando. Can I follow you? Can you show me? Just me at this place. Yeah. Here's what you want. ਸਾਹਿਲ ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ, ਕੀ ਹਾਲ ਚਾਲ? ਬਾ ਵਧੀਆ, ਕਿੱਦਾਂ ਫੈਮਿਲੀ ਨਾਲ ਸ਼ੋਅ ਦੇਖਣਾ ਹੈ? ਹਾਂਜੀ, ਬਸ ਆਹ ਵੇਖੋ ਫੈਮਿਲੀ ਨਾਲ ਆਈ ਆ, ਮਾਤਾ ਜੀ ਸਾਡੇ। ਅੱਛਾ ਅੱਛਾ, ਮਾਤਾ ਜੀ ਪੈਰੇ ਪੈਣੇ ਜੀ। ਸਰਤਾਜ ਦੇ ਕਿੱਦਾਂ ਫੈਨ ਆ ਭਾਜੀ? ਭਾਈ ਪੂਰੇ ਫੈਨ ਆ ਜੀ, ਪੂਰੇ ਫੈਨ ਆ ਸਰਤਾਜ ਦੇ। ਸਹੀ ਹੈ, ਰੈਡੀ ਲਾ, ਰੈਡੀ, ਤਿਆਰੀਆਂ ਹੋ ਰਹੀਆਂ ਗਾਈਸ ਸ਼ੋਅ ਦੀਆਂ, ਜਨਤਾ ਬਹਿ ਗਈ ਹੈਗੀ ਆ, ਤਾਂ ਭਾਜੀ ਹੁਣੀ ਵੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਆ। ਬਿਲਕੁਲ, ਹੈ ਨਾ? ਸਹੀ ਹੈ, ਸਹੀ ਹੈ, ਆਲ ਗੁੱਡ। ਭਾਜੀ ਕੁਛ ਕਹਿਣਾ ਚਾਹੋਗੇ ਸ਼ੋਅ ਬਾਰੇ? ਅੱਜ ਕੀ ਐਕਸਪੈਕਟ ਕਰ ਰਹੇ ਆ? ਬਹੁਤ ਵਧੀਆ ਜਾਊਗਾ ਸ਼ੋਅ। ਅੱਛਾ ਅੱਛਾ, ਸਹੀ ਹੈ, ਸਹੀ ਹੈ, ਆਲ ਗੁੱਡ ਜੀ।
ਸਜਰੇ ਸਜਲੇ ਹਾਲੇ ਜੋ ਬਣੇ ਨੇ ਸਜਰੇ ਸਜਲੇ ਤੂੰ ਰੁੱਤਾਂ ਨੂੰ ਦਮਾਣ ਪੈਣੀਏ ਐਵੇਂ ਗਾਈ ਜਾਵੇ ਗੀਤ ਧਰਤੀ ਦੇ ਤੂੰ ਬੈਠੀ ਅਣਜਾਣ ਪੈਣੀਏ ਆਪੇ ਰੱਬ ਕਰੂ ਕੋਈ ਨੀ ਦੇ ਕੇ ਉਹਨੂੰ ਨੀ ਦਿਲਾਂ ਚੋਂ ਕੱਢੀਦਾ ਗਹਿਰੀਏ ਤੇ ਸ਼ਾਂਤ ਬੈਠੀ ਉਦਾਸੀਆਂ ਖਿਆਲ ਸਾਡੇ ਕੀਲੇ ਨੀ ਅਸੀਂ ਦੱਸ ਕੀ ਤਾੜੀਆਂ ਵਜਾਉਂਦੇ ਜ਼ਰਾ ਦੱਸੋ ਜਦੋਂ ਮੈਂ ਸੁਣਾ ਤੇਰੇ ਭਗਵਾਨੀ ਤੇਰੇ ਨੀਲੇ ਦੱਸ ਕੀ ਵਜਾਉਂਦੀ ਤੂੰ ਚੰਗੀ ਚੰਦ ਕਿਸੇ ਵੀ ਵਜ਼ੀਰੇ ਚੰਗੀ ਚੰਦ ਕਿਸੇ ਵੀ ਵਜ਼ੀਰੇ ਉੱਚੇ ਉੱਚੇ ਅੰਬਰਾਂ ਤੇ ਉੱਡਦੀ ਏ ਚੀਲੇ ਨੀ ਤੂੰ ਹੀ ਸਮਝਾ ਦੇ ਚੀਲ ਨੂੰ ਸ਼ਾਇਦ ਤਾਂ ਹੀ ਹੁਣ ਪਾਣੀ ਚਮਕੀ ਦੇ ਚੰਨ ਤੂੰ ਕਰਾ ਦੇ ਚੀਲ ਸ਼ਾਇਦ ਤਾਂ ਹੀ ਹੁਣ ਪਾਣੀ ਚਮਕੀਲੇ ਨੀ ਚੰਨ ਤੂੰ ਕਹਾ ਦੇ ਜੀ ਕਿਵੇਂ ਫਾਰੀ ਹੋ ਗਈ ਮਿੱਠੀ ਏ ਛਬੀਲੇ ਉਹ ਕਿਵੇਂ ਖਾਰੀ ਹੋ ਗਈ ਮਿੱਠੀ ਏ ਛਬੀਲੇ ਕਿ ਤੇਰੇ ਨਾਲ ਮਿਠਾਸ ਬਣਦੀ ਸਰਤਾਜ ਹੋ ਰਹੀ ਐ ਤੇਰੀ ਸੁਰੀਲੇ ਕਿ ਤੇਰੇ ਨਾਲ ਮਿਠਾਸ ਬਣਦੀ ਕਿਵੇਂ ਖਾਰੀ ਹੋ ਗਈ ਮਿੱਠੀ ਏ ਛਬੀਲੇ ਕਿ ਤੇਰੇ ਨਾਲ ਮਿਠਾਸ ਬਣਦੀ ਸਰਤਾਜ ਹੋ ਰਹੀ ਐ ਤੇਰੀ ਸੁਰੀਲੇ ਕਿ ਤੇਰੇ ਨਾਲ ਮਿਠਾਸ ਬਣਦੀ ਤੁਹਾਡੀ ਜੀ ਐਂ ਤੋਂ ਪਤਾ ਲੱਗ ਗਿਆ ਸੀਗਾ ਕਿ ਇਹ ਬਹੁਤ ਹੀ ਖੁਸ਼ਹਾਲ ਸ਼ਹਿਰ ਹੈ ਗੁਰਜੋਤ ਦਾ ਤਾੜੀ ਮਾਰਦੇ ਉੱਥੇ ਬੜਾ ਰੇਅਰ ਹੈ ਤੁਸੀਂ ਇਹ ਨਾ ਸਮਝੋ ਕਿ ਕੰਪਲੀਮੈਂਟ ਜਨਰਲੀ ਮਿਲਦਾ ਨਹੀਂ ਹੈਗਾ ਅਸੀਂ ਅੱਜ ਆ ਰਹੇ ਸੀਗੇ ਮੈਂ ਰਸਤੇ ਤੋਂ ਐਂਟਰ ਹੋਇਆ ਨਾ ਅਤੇ ਮੈਂ ਤੁਹਾਡਾ ਡਾਊਨ ਟਾਊਨ ਜਿੱਥੇ ਉਹ ਓਲਡ ਜਿੱਥੇ ਸਿਡਨੀ ਬਿਲਡਿੰਗ ਹੈ ਨਾ ਹੈ ਨਾ ਅਤੇ ਇੰਨੇ ਤਹੱਮਤ ਨਾਲ ਅਤੇ ਇੰਨੇ ਖੁਸ਼ਹਾਲ ਚਿਹਰੇ ਮੈਂ ਦੇਖੇ ਬੜੀ ਦੇਰ ਬਾਅਦ ਅਤੇ ਮੈਨੂੰ ਲੱਗਿਆ ਯਾਰ ਕਿ ਕਿਸੇ ਕਿਸੇ ਸ਼ਹਿਰ ਦੇ ਉੱਤੇ ਇਹ ਬਖਸ਼ਿਸ਼ ਹੁੰਦੀ ਹੈ ਸੋ ਤੁਸੀਂ ਬਹੁਤ ਵਡਭਾਗੇ ਹੋ ਕੈਪੀਟਲ 'ਚ ਰਹਿ ਰਹੇ ਹੋ ਥੈਂਕ ਯੂ ਵੈਰੀ ਮੱਚ ਫੋਰ ਹੈਵਿੰਗ ਮੀ ਲਾਸਟ ਦਾ ਇੱਕ ਸੌਂਗ ਹੈ ਉਹਦਾ ਨਾਮ ਹੈ ਛਿੱਟੇ ਤੋੜ ਦੇ ਇਫ ਯੂ ਅਲਾਓ
The people who understand mysticism particularly, this is the most mystical poetry I ever have written in my life, entire life probably. So there did a metaphor, you know, unnu try karo understand kardi nahi vich changa laga daadi vaise mari ja va va kari challangi ha ਵਕਤ ਦੀ ਤੋਰ ਪਲਾਉਂਦੇ ਸੱਜਣ ਜਦ ਕੋਲ ਬਿਠਾਉਂਦੇ ਫੇਰ ਸਰਤਾਜਾਂ ਵਰਗੇ ਆ ਫਿਰਦੇ ਲਿਖਦੇ ਗਾਉਂਦੇ ਕਿ ਸਾਨੂੰ ਦੂਸਰੇ ਜਹਾਨ ਵਿੱਚ ਲੈ ਗਏ ਕੋਈ ਸਦੀਆਂ ਪੁਰਾਣੀ ਗੱਲ ਕਹਿ ਗਏ ਇਹਨਾਂ ਸਫਰਾਂ ਦੇ ਕਿੰਨੇ ਕੁ ਮਕਾਮ ਨੇ ਛਿੱਟੇ ਨੂਰ ਦੇ ਅਸਾਂ ਦੇ ਮੱਥੇ ਪੈ ਗਏ ਵਕਤ ਦੀ ਤੋਰ ਬਣਾਉਂਦੇ ਸੱਜਣ ਜਦ ਕੋਲ ਬਿਠਾਉਂਦੇ ਫੇਰ ਸਰਤਾਜਾਂ ਵਰਗੇ ਅਮਰ ਦੇ ਕਿ ਸਾਨੂੰ ਦੂਸਰੀਏ ਕਿਵੇਂ ਕਹਿ ਕੇ ਹਮਦਮ ਕਦੀ ਤੇ ਕਦੀ ਬਾਬਰਾ ਹਮਦਮ ਕਦੀ ਤੇ ਕਦੀ ਬਾਬਰਾ ਤੂੰ ਮੁਹੱਬਤਾਂ ਸਿਖਾਈਆਂ ਸਿੱਖੀਏ ਕਿਵੇਂ ਰੋਕਾਂ ਵਿੱਚ ਮੈਂ ਖਿਆਲਾਂ ਦੀ ਪਰਵਾਜ਼ ਤੂੰ ਤਾਂ ਸ਼ਾਇਰ ਬਣਾ ਗਈ ਉਹਦਾ ਨਾਮ ਹੈ ਤਬਾਦਲੇ ਸੁਣਿਆ ਤੁਸੀਂ ਉਹ ਥੋੜਾ ਜਿਹਾ ਬ੍ਰਿਟਿਸ਼ ਤੁਹਾਡੇ ਤੇ ਇੰਪ੍ਰੈਸ਼ਨ ਹੈਗਾ ਨਾ ਤਾਂ ਕਰਕੇ ਮੈਨੂੰ ਪੁੱਛਿਆ ਆਮ ਵੈਰੀ ਸੋਰੀ ਤੇ ਮਸਾਂ ਕਿਤੇ ਆਰ ਜੀ ਕਵੀ ਸੀ ਕਹਿ ਕੇ ਪੱਲਾ ਛੁਡਵਾਇਆ ਹੋਰ ਕਰਨਾ ਪਿਆ ਜੀ ਔਖੇ ਸੌਖੇ ਜਮਾ ਬੰਦੀ ਸਾਹਾਂ ਦੀ ਦਾ ਲੱਖਾ ਕਢਵਾਇਆ ਟਿੱਟਿਆ ਪੈਣਾ ਮੈਂ ਵਿੱਚੋਂ ਬੱਬਾ ਕੇ ਹੁਣ ਦੱਸੋ ਕਿਹੜੇ ਕਾਨੂੰ ਕੋ ਤੋਂ ਕਰਦੋਰੀਆਂ ਕਰਾਈਏ ਕਿਹੜਾ ਮੀਟ ਦੂਗਾ ਦੇਖਾ ਉੱਤੋਂ ਥੱਪਾ ਜੀ ਕਿਹਨਾਂ ਵਾਲੀ ਮੈਨੂੰ ਪਤਾ ਲੱਗ ਗਿਆ ਸੀ ਦੁਆਬੀ ਇਹ ਘੱਟ ਆਏ ਤਾਂ ਮੁੱਲ ਵਹੀ ਜਾਂਦਾ ਜਿਹਨੂੰ ਤੁਸੀਂ ਵਿਚਾਲੇ ਕਹਿੰਦੇ ਆ ਨਾ ਅਸੀਂ ਮੈਡਮ ਦੇ ਨਾਲ ਨੀਰੂ ਮੈਂ ਉਹਨਾਂ ਦੇ ਨਾਲ ਅਸੀਂ ਬਠਿੰਡੇ ਗਏ ਅਤੇ ਉੱਥੇ ਖੜ ਕੇ ਅਸੀਂ ਇੱਕ ਸਪੈਸ਼ਲ ਇਸ ਗੱਲ ਦੀ ਰੀਲ ਬਣਾਈ ਤੂੰ ਵਿਚਾਲੇ ਖੜ ਮੈਂ ਕਿਹਾ ਗੱਬੇ ਤਾਂ ਕਿ ਪਤਾ ਲੱਗ ਗਿਆ ਕਿ ਗੱਬੇ ਕਿਹਨੂੰ ਕਹਿੰਦੇ ਵਿਚਾਲੇ ਨੂੰ ਕਹਿੰਦੇ ਆ ਤੇ ਉੱਤੋਂ ਕਿਤੇ ਹੱਟ ਚ ਖਲੋ ਗਿਆ ਜੇ ਰੂਹ ਦਾ ਪਟਵਾਰੀ ਦੇ ਦੂ ਵੰਗ ਦੀ ਜ਼ਮੀਨ ਵਿੱਚੋਂ ਗੱਬਾ ਤਹਿਸੀਲਦਾਰ ਕਿਤੇ ਸਰਤਾਜ ਦਾ ਨਾ ਪੰਨਾ ਜੁੜੇ ਫਿਰ ਖਾਣਾ ਉਮਰਾਂ ਦਾ ਮੇਰੀ ਪਾਸਾ ਬੱਬਾ ਤਹਿਸੀਲਦਾਰ ਕਿਤੇ ਸਰਤਾਜ ਦਾ ਨਾ ਪੰਨਾ ਜੁੜੇ ਫਿਰ ਖਾਣਾ
Tour 2024 has been started and this is the last concert of Australia. Luckily, this is in the capital. ਚਲੋ ਮੈਂ ਇੱਥੇ ਸ਼ਾਇਰ ਸਰ ਦਾ ਗੀਤ ਗਾ ਰਿਹਾ ਤਬਾਦਲੇ। ਤੁਹਾਡੇ 'ਚ ਕਿੰਨੇ ਕੁ ਲੋਕ ਜਿਹੜੇ ਪਹਿਲੀ ਵਾਰੀ ਸਾਡੇ ਸ਼ੋਅ 'ਚ ਆਏ? ਆਹ ਦੇਖੋ ਪਹਿਲੀ ਵਾਰੀ ਬੰਦੇ ਆਏ, ਪਰ ਇਹਨਾਂ ਦੀ ਵਾਹ ਵਾਹ ਤੁਸੀਂ ਸੁਣੀ ਸੀਰੀਅਸ ਦੇ ਖਿਲਰੇ ਖਿਆਲਾਂ ਦੇ ਤਬਾਦਲੇ ਕਰਾ ਕੇ ਮੈਂ ਤਾਂ ਕਾਗਜ਼ਾਂ ਦਾ ਸਾਂਭ ਲਿਆ ਤਬਾ ਦੇਖ ਲਿਆ। ਅੱਗੇ ਅਸੀਂ ਔਕਲੈਂਡ ਆ ਰਹੇ, ਤੁਸੀਂ ਇਹਨਾਂ ਨੂੰ ਜ਼ਿਆਦਾ ਕਰਦੀਆਂ ਆਪਣੇ ਧਿਆਨ ਰੱਖੋ। ਕਾਗਜ਼ਾਂ ਦਾ ਸਾਂਭ ਲਿਆ ਤਬਾ ਖੱਬੇ ਦੇ ਵਿੱਚੋਂ ਯਾਦਾਂ ਵਾਲੇ ਮਰਦੇ ਕਨਾਲਾਂ ਕਿੱਲੇ ਜੋੜ ਕੀਤਾ ਤੇਨਾਂ ਦੀ ਜ਼ਮੀਨ ਦਾ ਮੁਰੱਬਾ ਮੁਰੱਬੇ ਦੇ ਤਾਂ ਸੱਜੇ ਪਾਸੇ ਰਵਾਂ ਦੀਆਂ ਪੈਣੀਆਂ ਕੀ ਦੱਸੀਏ ਜੀ ਜਿਨ੍ਹਾਂ ਦਾ ਸੁਭਾਏ ਬੜਾ ਕੱਬਾ ਕੱਬਾ ਨਾ ਪੁੱਛੋ ਮਸਾਂ ਹੀ ਮਨਾਇਆ ਜੀ ਮੈਂ ਗਲ ਪੱਲਾ ਪਾਇਆ ਤਾਂ ਹੀ ਮੰਨਿਆ ਉਦਾਸੀਆਂ ਦਾ ਅੱਬਾ ਅੱਬੇ ਨੇ ਉਹਦੇ ਵੱਡੇ ਕੁਛ ਚਾਵਾਂ ਦੇ ਸੀ ਗੁੱਠਾ ਲਗਵਾਇਆ ਨਾਲੇ ਰੱਖ ਲਿਆ ਸੱਦਰਾਂ ਦਾ ਡੱਬਾ ਡੱਬੇ ਦੇ ਵਿੱਚੋਂ ਕੁਛ ਕੋਈ ਮੰਗਾਂ ਦਾ ਬਿਆਨਾ ਕਰਵਾਉਣ ਵੇਲੇ ਜੋੜ ਦਾ ਵਸੀਲਾ ਇੱਕ ਦੱਬਾ ਤੇ ਮਸਾਂ ਕਿਤੇ ਯਾਰ ਸੀ ਨਵੀਂ ਸੀ ਕਹਿ ਕੇ ਪੱਲਾ ਛੁਡਵਾਇਆ ਹੋਰ ਕਰਨਾ ਪਿਆ ਜੀ ਕਿ ਔਖੇ ਸੌਖੇ ਜਮਾਂ ਇਹਦੇ ਵਿੱਚ ਤੁਹਾਡੀ ਜ਼ਿੰਮੇਵਾਰੀ ਇਹ ਹੈ। ਜਨਰਲੀ ਮੈਂ ਪੁਰਾਣੇ ਗਾਣੇ ਗਾ ਕੇ ਖੁਸ਼ ਨਹੀਂ ਹੁੰਦਾ, ਮੇਰੇ ਤੋਂ ਨਵੇਂ ਜਿੰਨੇ ਮਰਜ਼ੀ ਗਾਓ, ਆਹ ਤਾਂ ਲੀਰਿਕਸ ਹੋਰ ਗਾਓ ਅਤੇ ਹੋਰ ਜ਼ਿਆਦਾ ਖੁਸ਼ ਹਾਂ। ਬਟ ਐਨੀ ਹੋ, ਹੁਣ ਤੁਸੀਂ ਸਾਈਂ ਕਹਿਣਾ ਨਾਲ ਤਾੜੀ ਵਜਾਉਣੀ ਹੈ, ਬਾਕੀ ਥੋੜ੍ਹਾ ਥੋੜ੍ਹਾ ਮੈਂ ਗਾਈ ਜਾਣਾ, ਠੀਕ ਹੈ? ਦੇਖੋ ਥੋੜ੍ਹੀ ਜਿਹੀ ਕਲੈਰਿਟੀ ਕਰਦੇ ਸੈਂਪਲ ਵੀ ਦੇ ਸਕਦਾ ਜੀ ਡੈਡੀ ਸਾਈਂ ਵੇ ਸਾਡੀ ਫਰਿਆਦ ਤੇਰੇ ਤਾਈਂ ਬਾਹਾਂ ਫੜ ਗੇੜੇ ਬੰਦੇ ਤਾਈਂ ਮੇਰਿਆਂ ਗੁਨਾਹਾਂ ਲੁਕਾਈਂ ਹਾਜ਼ਰਾ ਹਜ਼ੂਰ ਦੇ ਤੁਮਾਈਂ ਤੇਰੇ ਮਸਕੀਨਾਂ ਵੱਲ ਪਾਈਂ ਨਵਿਆਂ ਦੀ ਪਿਆ ਸਾਈਂ ਵੇ ਮਾਪਿਆਂ ਦੇ ਵੀਜ਼ੇ ਵੀ ਲਵਾਈਂ ਸਾਈਂ ਵੇ ਉਹਨਾਂ ਨੂੰ ਆਸਟ੍ਰੇਲੀਆ ਘੁਮਾਈ ਸਾਈਂ ਫਿਰ ਇਕੱਠਿਆਂ ਨੂੰ ਪੰਜਾਬ ਲੈ ਕੇ ਜਾਈ ਸਾਈਂ ਫਿਰ ਪਿੰਡ ਵਾਲਿਆਂ 'ਚ ਥੋੜ੍ਹੀ ਚੜ੍ਹਾਈ ਨਹੀਂ ਵੀ ਕਰਾਈ ਸਾਈਂ ਉੱਥੇ ਸਰਤਾਜ ਵਾਲੀ ਮੈਂ ਫਰੀ ਕਰੀ ਸਾਈਂ ਫਿਰ ਸਾਡੀ ਫਰਿਆਦ ਤੇਰੇ ਸਾਈਂ ਬਾਹੋਂ ਫੜ ਵੇੜੇ ਬੰਨੇ ਸਾਈਂ ਮੇਰਿਆਂ ਗੁਨਾਹਾਂ ਨੂੰ ਲੁਕਾਈ ਹਾਜ਼ਰਾ ਹਜ਼ੂਰ ਵੇ ਤੂੰ ਆਈ ਵੀੜੇ ਮਸਕੀਨਾਂ ਵੱਲ ਪਾਈ ਕੋਲ ਕਾਲ ਸਾਰਾ ਦੇ ਪਗਾਈ ਮੈਂ ਮੇਰੇ ਅੰਦਰੋਂ ਮੰਗਾਈ ਡਿੱਗੀਏ ਤਾਂ ਫੜ ਕੇ ਉਠਾਈ ਔਖੇ ਸੌਖੇ ਰਾਹਾਂ ਜੋ ਮੰਗਾਈ ਕਲਾ ਨੂੰ ਵੀ ਹੋਰ ਚਮਕਾਈ ਸਾਜ ਰੁੱਸ ਗਏ ਤਾਂ ਮਨਾਈ ਆਵਾਜ਼ ਵੀ ਲੜਾਈ
ਅਕਰਨੀ ਕਿਸੇ ਗੀਤ ਦੀ ਫੜਾਈ ਕਿਹਨਾਂ ਗੁਨੇ ਨੂੰ ਫੜ ਕੇ ਜਗਾਈ ਅਤਾਲ ਵਿੱਚ ਤੁਰਨਾ ਸਿਖਾਈ ਅਸੀਂ ਸੱਜ ਬੈਠੇ ਚਾਈ ਚਾਈ ਥੋੜੀ ਬਹੁਤੀ ਅਦਾ ਵੀ ਸਿਖਾਈ ਅਸੂਫੀਆਂ ਦੇ ਬਾਣੀ ਹਾਸਲੇ ਦੀ ਗੀਤ ਨੂੰ ਮਿਟਾਈ ਆਪੇ ਬਾਜ ਮਾਰ ਕੇ ਬੁਲਾਈ ਕਿ ਹੁਣ ਸਾਨੂੰ ਬੋਲ ਵੀ ਬਿਠਾਈ ਤੋਤੇ ਵਾਂਗੂ ਬੋਲ ਵੀ ਰਟਾਈ ਮੈਂ ਹਰ ਵੇਲੇ ਕਰਾਂ ਸਾਈਂ ਸਾਈਂ ਖੋਟਿਆਂ ਨੂੰ ਖਰੇ ਚ ਮਿਲਾਈ ਲੋਹੇ ਨਾਲ ਪਾਰ ਸੁੱਖ ਸਾਈਂ ਮਿਹਨਤਾਂ ਦੇ ਮੁੱਲ ਵੀ ਪਵਾਈ ਪਾਕ ਸਾਫ ਰੂਹਾਂ ਨੂੰ ਮਿਲਾਈ ਮਾੜਿਆਂ ਦੀ ਮੰਡੀ ਨਾ ਵਿਖਾਈ ਆਪਣੇ ਹੀ ਰੰਗ ਚ ਰੰਗਾਈ ਮੈਂ ਹਰ ਵੇਲੇ ਕਰਾਂ ਸਾਈਂ ਸਾਈਂ ਰੂਹਾਨੀ ਕੋਈ ਤਾਰ ਛੇੜ ਜਾਈ ਆਤਮਾ ਦਾ ਦੀਵਾ ਵੀ ਜਗਾਈ ਅਨਹਦ ਨਾਦ ਵੀ ਵਜਾਈ ਮੇਰੇ ਨਾਲ ਨਾਲ ਤੂੰ ਵੀ ਗਾਈ ਆ ਦੇਖੀ ਕਿਤੇ ਭੁੱਲ ਹੀ ਨਾ ਜਾਈ ਹੌਲੀ ਹੌਲੀ ਮਾਪਿਆਂ ਘਟਾਈ ਟਿੱਕੀਏ ਤਾਂ ਫੜ ਕੇ ਉਠਾਈ ਤੇਰੇ ਮਸਕੀ ਨਾ ਵੱਧ ਪਾਈ ਬੋਲ ਬਾਗ ਸਾਰਾ ਦੇ ਪੁਕਾਈ ਮੈਨੂੰ ਮੇਰੇ ਅੰਦਰੋਂ ਮੁਕਾਈ ਹੌਲੀ ਹੌਲੀ ਖਾਮੀਆਂ ਘਟਾਈ ਜ਼ਿੰਦਗੀ ਦੇ ਬੋਝ ਨੂੰ ਚੁਕਾਈ ਫਿਕਰਾਂ ਨੂੰ ਹਵਾ 'ਚ ਉਡਾਈ ਸਾਰੇ ਲੱਗੇ ਦਾਗ ਦੀ ਧੁਆਈ ਇਹਦੀ ਤਾੜੀ ਪਤਾ ਕਿੱਦਾਂ ਵੱਜਦੀ ਸਭ
ਮੋੜ ਹੁੰਦੀ ਏ ਦਿਲੋਂ ਬੜੀ ਕਮਜ਼ੋਰ ਵਜਾਉਣੀ
ਹੁਣ ਨਗਮਾ ਸਾਰੰਗੀਆਂ ਦਾ ਨਗਮਾ ਸਾਰੰਗੀਆਂ ਦਾ ਸ਼ੋਰ ਹੋ ਗਿਆ ਹੈ ਦਿਲ ਪਹਿਲਾਂ ਜਾਣਿਆ ਹੋ ਗਿਆ ਸਾਨੂੰ ਇੱਕ ਪਲ ਚੈਨ ਨਾ ਆਵੇ ਇੱਕ ਪਲ ਚੈਨ ਨਾ ਆਵੇ ਸੱਜਣਾ ਤੇ ਦਿਲ ਕਮਲਾ ਡੁੱਬ ਡੁੱਬ ਜਾਵੇ ਕਮਲਾ ਡੁੱਬ ਡੁੱਬ ਜਾਵੇ ਸੱਜਣਾ ਤੇਰੇ ਬਿਨਾ ਸੱਜਣਾ ਤੇਰੇ ਬਿਨਾ ਹੋ ਸਾਨੂੰ ਸਾਨੂੰ ਇੱਕ ਮਨ ਚੈਨ ਨੀਂਦ ਨਾ This is how you should feel in the concert at least. Yes, amazing. Ek tu hi nahi si manya sab de ਉਹ ਇੱਥੇ ਕਿਤੇ ਗੌਰਮੈਂਟ ਪੋਸਟ ਤੇ ਲੱਗੀ ਹੋਣੀ ਹੈ ਕਿਉਂਕਿ ਉੱਥੇ ਉਹਨੇ ਪੜ੍ਹ ਯੂਨੀਵਰਸਿਟੀ ਪੜ੍ਹ ਤਾਂ ਵਧੀਆ ਲਿਆ ਸੀ ਕੋਈ ਵਧੀਆ ਪੋਸਟ ਤੇ ਲੱਗੀ ਹੋਣੀ ਓ ਮੈਂ ਤਾਂ ਚਿੜੀਆਂ ਨੂੰ ਪੁੱਛਾਂ ਕੁਝ ਪਾਉਂਦਾਂ ਨਹੀਂ ਬਦੋਂ ਆਉ ਮੇਰੀ ਹੀਰ ਤੇ ਦਿਖਾਉਂਦਾਂ ਨਹੀਂ ਤੁਸੀਂ ਜਾਓ ਸੱਚੀ ਜਾਓ ਉਹਨੂੰ ਟੋਲੋ ਨਹੀਂ ਜਾ ਕੇ ਫੁੱਲਾਂ ਵਾਲਾ ਜੰਗਲ ਫੁੱਲ ਗੁਲਾਬ ਦੀਆਂ ਪੱਤੀਆਂ ਚ ਹੋਣੀ ਏ ਤੇਰੀ ਖੁਸ਼ਬੂ ਨਸ਼ੀਦੀ ਮਨ ਹੋਣੀ ਏ ਆ ਮੇਰੀ ਕੀਰੀਏ ਫਕੀਰੀਏ ਨੀ ਸੋਹਣੀ ਏ ਤੇਰੀ ਖੁਸ਼ਬੂ ਨਸ਼ੀਦੀ ਮਨ ਹੋਣੀ ਏ ਇਸ ਤਿੰਦਰ ਜਗਾਉਂਦਾ ਏ ਇਸ ਤਿੰਦਰ ਜਗਾਉਂਦਾ ਏ ਗੁਰਪ੍ਰੀਤ ਇਹ ਸਾਡਾ ਬਹੁਤ ਪੁਰਾਣਾ ਸ਼ਕਲ ਤੋਂ ਵੀ ਕਿਹਾ ਸਕਦਾ ਮੈਂ ਪਿਆਰਾ ਵਿਖਾ ਵੀ ਹੈ ਇਹ ਇੰਗਲੈਂਡ ਰਹਿੰਦਾ ਹੁਣ ਸਪੈਸ਼ਲੀ ਟੂਰ 'ਤੇ ਆਏ ਹੋਏ ਸੋ ਰੰਦਾੜੀ ਮਾਰ ਦੇ ਗੋਬਿੰਦ ਜੀ ਵਰਿੰਦਾਵਨ ਸਿੰਘ ਹੈ ਵਿਸ਼ਾਲ ਸਾਹਿਬ ਸਾਹਿਬ ਤੋਂ ਜਾਣਦੇ ਹਾਂ ਦੋਨੋਂ ਕੀਬੋਰਡਾਂ ਦੇ ਨਾਲ ਪੱਟੀ ਸਾਹਿਬ ਵੀ ਅੱਜ ਖੁਸ਼ ਲੱਗ ਰਹੇ ਨੇ ਥੋੜ੍ਹੇ ਜਿਹੇ ਇਹ ਜਦ ਵੀ ਹੱਸਦਾ ਨਹੀਂ ਅੱਜ ਜੇ ਖੁਸ਼ ਹੈ ਤੁਸੀਂ ਸ਼ੁਕਰ ਮਨਾਓ ਸੌਰਵ ਕੌਸ਼ਲ ਤਮੈਨ ਗੋਗਲ ਸਪੋਰਟ ਅਮਿਤ ਆਟੋ ਦੀਪਕ ਬੱਸੀ ਸਰ ਮਾਮ ਸਾਊਂਡ ਪਲੀਜ਼ ਜੇ ਤੁਹਾਨੂੰ ਸਾਊਂਡ ਵੀ ਚੰਗਾ ਲੱਗਿਆ ਤਾਂ ਐਂਡ ਡਾਕਟਰ ਸਤਿੰਦਰ ਸਰਤਾਜ ਬਾਈ ਹਾਂ ਸਰ
ਦੂਰ ਕਿਤੇ ਸਿੱਧ ਵਿੱਚ ਨੱਚਦੇ ਵਰੇ ਕੈਨ ਬੜਾ ਸੁਣ ਜਾਣੀ ਰੂਪ ਸੋਹਣਿਆ ਸੱਜਣ ਰਾਜੀ ਹੋ ਜਵੇ ਸੱਜਣ ਰਾਜੀ ਹੋ ਜਵੇ ਇਸ਼ਕ ਹੁੰਦਾ
ਕੀਤਾ ਕਿਤੋਂ ਮੋਦ ਵਿੱਚ ਨਾ ਜੀਵੇ ਵਾਲਿਆ ਜਾਂਦਾ ਸਾਡਾ।